ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਵਿੱਚ ਅਕਾਲੀ ਦਲ ਦਾ ਵਫਦ SSP ਪਟਿਆਲਾ ਨੂੰ ਮਿਲਿਆ। ਚੰਦੂਮਾਜਰਾ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਉਹਨਾਂ ਨੇ ਪੁਲਿਸ ਨਾਲ ਮੀਟਿੰਗ ਕੀਤੀ ਸੀ, ਜਿਸ ਵਿੱਚ ਤਖਤੂ ਮਾਜਰੇ ਦੀ ਜਗੀਰ ਕੌਰ ਦੀ ਮੌਤ ਦੇ ਕੇਸ ਦੀ ਡੂੰਘਾਈ ਨਾਲ ਜਾਂਚ ਦੀ ਗੱਲ ਕਹੀ ਗਈ ਸੀ, ਪਰ ਅਫਸੋਸ ਹਾਲੇ ਤੱਕ ਇਹ ਕਾਰਵਾਈ ਅੱਗੇ ਨਹੀਂ ਵਧੀ। ਉਹਨਾਂ ਨੇ ਕਿਹਾ ਕਿ ਉਹਨਾਂ ਨੇ SSP ਨੂੰ ਦੱਸ ਦਿੱਤਾ ਹੈ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਉਹਨਾਂ ਦੀ ਸੁਣਵਾਈ ਨਹੀਂ ਕਰਦਾ ਤਾਂ ਉਹ ਗੱਲ ਗਵਰਨਰ ਤੱਕ ਪਹੁੰਚਾਉਣਗੇ। ਉੱਥੇ ਇਨਸਾਫ ਨਾ ਮਿਲਿਆ ਤਾਂ ਉਹਨਾਂ ਨੂੰ ਮਜਬੂਰ ਹੋ ਕੇ ਪ੍ਰਦਰਸ਼ਨ ਵੀ ਕਰਨਾ ਪਵੇਗਾ। ਅੱਜ ਸ਼੍ਰੋਮਣੀ ਅਕਾਲੀ ਦਲ ਦਾ ਜ਼ਿਲ੍ਹੇ ਦਾ ਡੈਪੂਟੇਸ਼ਨ SSP ਪਟਿਆਲੇ ਨੂੰ ਮਿਲਿਆ। ਤਖਤੂ ਮਾਜਰੇ ਵਾਲਾ ਜਿਹੜਾ ਕੇਸ ਹੈ, ਬੀਬੀ ਜਗੀਰ ਕੌਰ ਦੀ ਡੈਥ ਜਿਹੜੀ ਹੋਈ ਆ, ਉਹਦੇ 'ਚ ਪਰਿਵਾਰ, ਰਿਸ਼ਤੇਦਾਰ ਅਤੇ ਇਲਾਕੇ ਦੇ ਲੋਕਾਂ ਵੱਲੋਂ ਮਤਲਬ ਜਨਤਕ ਤੌਰ 'ਤੇ ਇਹ ਜ਼ੋਰ ਪਾ ਕੇ ਕਿਹਾ ਗਿਆ ਕਿ ਬੀਬੀ ਜਗੀਰ ਕੌਰ ਦੀ ਮੌਤ ਕੁਦਰਤੀ ਨਹੀਂ ਹੋਈ, ਉਹਦੇ ਲਈ ਜ਼ਿੰਮੇਵਾਰ ਹਲਕੇ ਦਾ ਵਿਧਾਇਕ ਜਿਹੜਾ ਹੈ ਮਦਨ ਲਾਲ, ਉਹਦੇ ਕਾਰਨ ਮਤਲਬ ਜੋ ਉਹਨੇ ਪੁਲਿਸ ਨੂੰ ਉਕਸਾਇਆ, ਪੁਲਿਸ ਨੂੰ ਲੇਡੀਜ਼ ਲਈ ਗਲਤ ਸ਼ਬਦਾਵਲੀ ਬੋਲੀ, ਔਰ ਉਹਦਾ ਡਰ ਅਤੇ ਸਹਿਮ ਬੀਬੀ ਜਗੀਰ ਕੌਰ ਦੇ ਮਨ 'ਤੇ ਪਿਆ, ਔਰ ਘਰ ਤੋਂ ਬਾਹਰ ਰਹਿਣ ਲਈ ਪਰਿਵਾਰ ਨੂੰ ਵੀ ਪਿੰਡ ਵਾਲਿਆਂ ਨੂੰ ਮਜਬੂਰ ਕੀਤਾ ਗਿਆ, ਰਿਸ਼ਤੇਦਾਰ ਤੱਕ ਨਹੀਂ ਆਉਣ ਦਿੱਤੇ ਗਏ। ਬਿਮਾਰੀ ਦੀ ਹਾਲਤ ਵਿੱਚ ਕੋਈ ਪਾਣੀ ਪਿਲਾਉਣ ਵਾਲਾ ਬੰਦਾ ਵੀ ਬੀਬੀ ਜਗੀਰ ਕੌਰ ਤੱਕ ਪਹੁੰਚ ਨਹੀਂ ਕਰ ਸਕਿਆ, ਔਰ ਉਸ ਜਾਂਚ ਦੇ ਵਿੱਚ ਜਿਹੜੇ ਨਿਰਦੋਸ਼ ਲੋਕ ਨੇ ਉਹਨਾਂ 'ਤੇ ਕੇਸ ਵਾਪਸ ਲੈਣੇ ਚਾਹੀਦੇ ਨੇ। ਇਹ ਪਹਿਲਾਂ ਵੀ ਮੈਂ ਖੁਦ ਜਾ ਕੇ SSP ਸਾਹਿਬ ਨੂੰ ਕਿਹਾ ਸੀ ਕਿ ਇਹਦੀ ਜਾਂਚ ਕਰੋ, ਅਜੇ ਤੱਕ ਜਾਂਚ ਨਹੀਂ ਹੋਈ, ਅਤੇ ਅੱਜ ਉਸ ਦੀ ਪ੍ਰੋਗਰੈਸ ਪੁੱਛਣ ਲਈ ਅਤੇ ਬੀਬੀ ਜਗੀਰ ਕੌਰ ਦੀ ਜੇ ਮੌਤ ਦੇ ਕਾਰਨ ਜਿਹੜੇ ਬਣੇ ਨੇ ਉਹਨਾਂ ਦੀ ਸਮੀਖਿਆ ਕਰਨ ਲਈ ਉੱਚ ਪੱਧਰੀ ਜਾਂਚ ਦੀ ਮੰਗ ਕਰਨ ਲਈ ਅੱਜ ਸਾਡਾ ਡੈਪੂਟੇਸ਼ਨ ਮਿਲ ਕੇ ਆਇਆ, ਔਰ ਅਸੀਂ ਬੜੇ ਅੱਜ ਮੀਡੀਆ ਰਾਹੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜੇ ਇਨਸਾਫ ਨਾ ਮਿਲਿਆ ਔਰ ਜੇ ਨਜਾਇਜ਼ ਕੇਸ ਤਖਤੂ ਮਾਜਰੇ ਦੇ ਲੋਕਾਂ ਦੇ ਬਣੇ ਵਾਪਸ ਨਾ ਹੋਏ, ਜੇ ਸ਼ਰੇਆਮ ਦਸਤਾਰ ਜਿਨ੍ਹਾਂ ਲੋਕਾਂ ਨੇ ਲਾਹੀ ਉਹਨਾਂ 'ਤੇ ਕੇਸ ਨਾ ਬਣੇ, 11 ਤਰੀਕ ਨੂੰ ਮਾਂ ਜੋ ਗਵਰਨਰ ਪੰਜਾਬ ਉਹਨਾਂ ਨੂੰ ਮਿਲਣ ਦਾ ਟਾਈਮ ਵੀ ਰੱਖਿਆ ਤਾਂ ਕਿ ਇਨਸਾਫ ਦੇ ਹਰ ਸੰਸਥਾ, ਹਰ ਮੀਡੀਆ ਜਿਹੜਾ ਹੈ ਅਸੀਂ ਵਰਤਾਂਗੇ, ਅਦਰਵਾਈਜ਼ ਫਿਰ ਉਹ ਤੋਂ ਬਾਅਦ ਜਨਤਕ ਤੌਰ 'ਤੇ ਇਹਦਾ ਵਿਦਰੋਹ, ਰੋਸ, ਧਰਨੇ, ਜੋ ਵੀ ਅਸੀਂ ਪ੍ਰੋਗਰਾਮ ਲੀਕਾਂਗੇ 11 ਤਰੀਕ ਜਿਹੜਾ ਹੈ ਭੋਗ ਦੀ ਸੈਰੇਮਨੀ ਬਣਾਉਣ ਤੋਂ ਬਾਅਦ। ਪਟਿਆਲਾ ਤੋਂ ਅਨੁਰਾਗ ਸ਼ਰਮਾ ਦੀ ਰਿਪੋਰਟ, ਟੈਲੀਪੋਸਟ ਪੰਜਾਬੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਮਨ ਮਰਜ਼ੀ ਦਾ ਕਾਲਜ ਚੁਣਨਾ ਚਾਹੁੰਦੇ ਹੋ, ਮਈ ਔਰ ਸਪਤੰਬਰ 2020 ਦੇ ਸੈਸ਼ਨ ਲਈ ਟਾਈਮ ਸਿਰ ਦਾਖਲਾ ਅਪਲਾਈ ਕਰਨ ਦਾ, ਜਿਹੜੇ ਬੱਚੇ ਲਾਇਕ ਹੈ, ਨੰਬਰ ਚੰਗੇ ਹੈ, ਉਹਨਾਂ ਨੂੰ $5,000 ਤੱਕ ਦੀ ਸਕਾਲਰਸ਼ਿਪ ਵੀ ਮਿਲ ਸਕਦੀ ਹੈ। ਪਿਰਾਮਿਡ ਈ ਸਰਵਿਸਿਜ਼ ਨਾਲ ਅਪਲਾਈ ਕਰੋ, ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ।